ਪੰਜਾਬ ਦੀ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਜਿੱਥੇ ਜ਼ਿਮਨੀ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ, ਉੱਥੇ ਹੀ ਮੁੱਲਾਪੁਰ ਦਾਖਾ ਤੋਂ ਕਾਂਗਰਸ ਨੇ ਆਪਣਾ ਉਮੀਦਵਾਰ ਸੰਦੀਪ ਸੰਧੂ ਨੂੰ ਐਲਾਨਿਆ। ਉੱਧਰ ਜਦੋਂ ਇਲਾਕਾ ਵਾਸੀਆਂ ਨੂੰ ਪਤਾ ਲੱਗਾ ਤਾਂ ਇਸ ਦਾ ਵਿਰੋਧ ਕੀਤਾ ਗਿਆ। ਸਵਾਦੀ ਪਾਰਟੀ, ਅਸੀਂ ਅੱਜ RMPI ਵਰਕਰਾਂ ਨੇ ਇਲਾਕੇ ਦੇ ਵਿੱਚ ਦਾਖਾ ਹਲਕੇ ਦੇ ਵਿੱਚ ਜੋ ਚੋਣਾਂ ਦਾ ਐਲਾਨ ਹੋਇਆ ਹੈ ਉਸ ਸੰਬੰਧੀ ਮੀਟਿੰਗ ਕੀਤੀ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹੈਗੇ ਹਾਂ ਕਿ ਜਿਹੜਾ ਦਾਖਾ ਹਲਕੇ ਦਾ ਵਾ, ਪਹਿਲਾਂ ਜਿਹੜਾ ਇੱਥੋਂ ਫੂਲਕਾ ਇੱਥੋਂ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਕੇ ਗਿਆ ਸੀਗਾ, ਉਹਦੀ ਵਜ੍ਹਾ ਦੇ ਨਾਲ ਅੱਜ ਫਿਰ ਦਾਖਾ ਹਲਕੇ ਦੇ ਵਿੱਚ ਲੋਕਾਂ ਨੂੰ ਆਪਣਾ ਨਵਾਂ ਉਮੀਦਵਾਰ ਚੁਣਨ ਦਾ ਜਿਹੜਾ ਵਾ ਉਹ ਮੌਕਾ ਮਿਲਣ ਜਾ ਰਿਹਾ ਵਾ। ਸਾਡੀ RMPI ਵਰਕਰਾਂ ਦੀ ਇਸ ਮੀਟਿੰਗ ਦੇ ਵਿੱਚ ਅਸੀਂ ਇਹ ਨਤੀਜੇ 'ਤੇ ਪਹੁੰਚੇ ਹਾਂ ਕਿ ਕੋਈ ਵੀ ਅਜਿਹਾ ਵਿਸ਼ਵਾਸਘਾਤੀ ਵਿਅਕਤੀ ਹੈ ਜਿਹੜਾ ਉਹ ਇੱਥੋਂ ਨਾ ਚੁਣਿਆ ਜਾਵੇ, ਜਿਹੜਾ ਫਿਰ ਫੂਲਕੇ ਦੀ ਤਰ੍ਹਾਂ ਇੱਥੋਂ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰੇ। ਕੀ ਨਾਂ ਤੁਹਾਡਾ? ਮੈਂ ਬਲਜੀਤ ਸਿੰਘ ਗੋਰਸੀਆ, RMPI ਦਾ ਜ਼ਿਲ੍ਹਾ ਕਮੇਟੀ ਮੈਂਬਰ ਹੈ ਪਾਰਟੀ ਦਾ। ਅੱਜ ਅਸੀਂ ਪਾਰਟੀ ਦੀ ਅਰਜੈਂਟ ਮੀਟਿੰਗ ਬੁਲਾਈ ਹੈ ਵੀ ਜੋ ਹਲਕੇ ਇਲਾਕੇ ਦੀ ਜ਼ਿਮਨੀ ਚੋਣ ਆ ਰਹੀ ਹੈ ਸਿਰਾਂ 'ਤੇ, 1 ਅਕਤੂਬਰ ਨੂੰ ਵੋਟਿੰਗ ਹੋ ਰਹੀ ਹੈ। ਪਿਛਲੇ 2.5 ਸਾਲਾਂ ਦੌਰਾਨ ਇਹਨਾਂ ਸਾਡੇ ਮਿਹਨਤੀ ਲੋਕਾਂ ਨੇ ਆਪਣੇ ਹੱਕ ਹਕੂਕ ਲਈ ਸਹੀ ਕੈਂਡੀਡੇਟ ਚੁਣਿਆ ਸੀ, ਪਰ ਉਹ ਸਾਡੇ ਵੋਟਰਾਂ ਦੀ ਪਿੱਠ 'ਚ ਛੁਰਾ ਮਾਰ ਕੇ ਭੱਜ ਤੁਰਿਆ ਹੈਗਾ, ਭੱਜ ਨਿਕਲਿਆ ਹੈਗਾ, ਅਸਤੀਫਾ ਦੇ ਗਿਆ, ਪਰ ਸਾਡੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ। ਕੈਪਟਨ ਸਰਕਾਰ ਨੇ ਜੋ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸੀਗੇ ਉਹ ਕੋਈ ਵਾਅਦੇ ਪੂਰੇ ਨਹੀਂ ਕੀਤੇ। ਪਿੰਡ ਭੂੰਦੜੀ ਦੇ ਕਾਮਰੇਡਾਂ ਨੇ ਇਕੱਠੇ ਹੋ ਕੇ ਕਿਹਾ ਹੈ ਕਿ ਇਸ ਉਮੀਦਵਾਰ ਤੋਂ ਬਚਿਆ ਜਾਵੇ। ਉਹਨਾਂ ਨੇ ਕਿਹਾ ਹੈ ਕਿ ਅਗਰ ਇਹ ਉਮੀਦਵਾਰ ਸਾਨੂੰ ਹਲਕੇ ਦੇ 10 ਪਿੰਡਾਂ ਦੇ ਨਾਮ ਦੱਸ ਦੇਵੇਗਾ ਤਾਂ ਅਸੀਂ ਇਸ ਨੂੰ ਜਿਤਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ। ਨਿਊਜ਼ ਪੰਜਾਬ ਦੀ ਵੈਬ ਟੀਵੀ ਦੇ ਨਾਲ ਮੁੱਲਾਪੁਰ ਦਾਖਾ ਤੋਂ ਰਾਜ ਬੱਬਰ ਦੀ ਖਾਸ ਰਿਪੋਰਟ।